ਫਿਰ ਜਨਾਨੀ ਸੀਗੀ ਹਾਂਜੀ, ਉਸ ਨੇ ਉਹ ਸਭ ਕੁਛ ਸਿਖਾਉਣਾ ਸਿਖਾਉਣਾ ਸੀਗਾ, ਔਰ ਉਸ ਚੀਜ਼ ਨੇ ਉਹ ਸਿਚੁਏਸ਼ਨ ਕ੍ਰੀਏਟ ਕਰਨਾ ਚਾਹੁੰਦੀ ਸੀਗੀ, ਔਰ ਉਹ ਸਿਚੁਏਸ਼ਨ ਕ੍ਰੀਏਟ ਹੋ ਗਈ ਕਿ ਉਸ ਵੇਲੇ ਦੇ ਵੀ ਅਸੀਂ ਦੇਖੋ ਜਿਹੜੇ ਸਾਡੇ ਸਿਆਸੀ ਲੀਡਰ ਵੀ ਉਸ ਵੇਲੇ ਸੀ, ਅਸੀਂ ਉਹਨਾਂ ਨੂੰ ਵੀ ਮਾਫ਼ ਨਹੀਂ ਕਰ ਸਕਦੇ ਵੀ ਉਹ ਮਾਫ਼, ਉਹ ਅਗਰ ਚਾਹੁੰਦੇ ਇਸ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ ਸੀਗਾ ਜੀ, ਪਰ ਇਹ ਅਵੋਇਡ ਨਹੀਂ ਕੀਤਾ ਗਿਆ, ਔਰ ਉਸ ਵੇਲੇ ਥੋੜ੍ਹਾ ਬਹੁਤਾ ਬੜਾਵਾ ਦਿੱਤਾ ਗਿਆ, ਔਰ ਜਾਣੀ ਅੱਜ ਤੁਹਾਡੇ ਅੱਜ ਵੀ ਸਾਨੂੰ ਉਹੀ ਗਲਬਕਟੀਆਂ ਪਾ ਕੇ ਫਿਰਦੇ ਹੈਗੇ ਆ ਜਿਹੜੇ ਆਪਣੀਆਂ ਕਿਤਾਬਾਂ 'ਚ ਲਿਖਦੇ ਆ, ਜਿਨ੍ਹਾਂ ਦੇ ਲੀਡਰਾਂ ਨੇ ਉਸ ਵੇਲੇ ਕਿਹਾ ਉਹਨੂੰ ਦੁਰਗਾ ਦਾ ਖਿਤਾਬ ਦਿੱਤਾ ਜੀ, ਉਹੀ ਜਮਾਤ ਸਾਡੇ ਨਾਲ ਅੱਜ ਭਾਈਵਾਲੀ ਬਣ ਕੇ ਉੱਥੇ ਰਾਜ ਕਰ ਰਹੀ ਆ। ਜੇ ਦੂਸਰੀ ਗੱਲ ਕਰੀਏ ਅਸੀਂ ਉਸ ਸਮੇਂ ਦੇ ਵਿੱਚ ਜੇ ਉੱਥੋਂ ਦੇ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਸਿੱਖ ਸੀ ਜਿਨ੍ਹਾਂ ਦਾ ਨਾਮ ਗਿਆਨੀ ਜੈਲ ਸਿੰਘ ਸੀ, ਇਹਨਾਂ ਬਾਰੇ ਕੀ ਕਹਿਣਾ? ਵੈਸੇ ਮੈਂ ਉੱਥੇ ਉਸ ਗੱਲ 'ਤੇ ਵੀ ਆ ਰਿਹਾ ਸੀ ਵੀ ਉਸ ਵੇਲੇ ਗਿਆਨੀ ਜੈਲ ਸਿੰਘ ਸਿੱਖ ਸੀਗੇ। ਹਾਂਜੀ, ਜੇ ਇਨਸਾਨ ਇਹ ਤੱਕ ਲਵੇ ਵੀ ਮੈਂ ਇੱਕ ਦਿਨ ਇਸ ਦੁਨੀਆਂ ਤੋਂ ਜਾਣਾ ਹੈਗਾ, ਹਾਂਜੀ ਮੈਂ ਚਲੇ ਜਾਣਾ, ਜੇ ਮੈਂ ਆਵਾ ਖੱਟ ਕੇ ਜਾਊਂ ਤਾਂ ਮੇਰੀਆਂ ਬਰਸੀਆਂ ਮਨਾਈਆਂ ਜਾਣਗੀਆਂ, ਹਾਂਜੀ ਜੇ ਮੈਂ ਕਲੰਕ ਖੱਟ ਕੇ ਜਾਊਂ ਤਾਂ ਮੈਨੂੰ ਦੁਰਕਾਰਿਆ ਜਾਊਗਾ ਜੀ। ਔਰ ਉਸ ਵੇਲੇ ਅਗਰ ਉਹ ਕੋਈ ਵੀ ਸਟੈਂਡ ਲੈ ਲੈਂਦੇ ਜੀ, ਉਹ ਬਿਲਕੁਲ ਇਸ ਨੂੰ ਕੰਡੈਮ ਕਰਦੇ ਵੀ ਮੈਂ ਬਿਲਕੁਲ ਅਲਾਓ ਨਹੀਂ ਕਰਦਾ, ਮੈਂ ਬਿਲਕੁਲ ਕਿਤੇ ਸਾਈਨ ਕਰਨ ਨੂੰ ਤਿਆਰ ਨਹੀਂ, ਮੈਂ ਕੁਝ ਕਰਨ ਨੂੰ ਤਿਆਰ ਨਹੀਂ ਗਾ, ਔਰ ਉਸ ਵੇਲੇ ਇਸ ਨੂੰ ਰੋਕਿਆ ਜਾ ਸਕਦਾ, ਬੇਸ਼ੱਕ ਨਾ ਵੀ ਰੁਕਦਾ ਹਾਂਜੀ, ਪਰ ਐਟਲੀਸਟ ਇਹ ਤਾਂ ਹੁੰਦਾ ਨਾ ਭਾਈ ਲੈ ਗਿਆਨੀ ਜੈਲ ਸਿੰਘ ਕੁਛ ਕੀਤਾ, ਹਾਂਜੀ ਪਰ ਉਸ ਵੇਲੇ ਉਹ ਵੀ ਕੁਛ ਨਾ ਕਰ ਸਕੇ। ਔਰ ਜਿੱਥੋਂ ਤੱਕ 84 ਦਾ ਇਹ ਕਤਲੇ ਦੰਗੇ ਨਹੀਂ, ਇਹ ਕਤਲੇਆਮ ਸੀਗਾ ਜੀ, ਇਹ ਪ੍ਰੀ ਪਲੈਨਡ ਜਿਹੜੀ ਮੈਂ ਦੱਸਿਆ ਵੀ 82 ਤੋਂ ਜਾਂ 75 ਤੋਂ ਹੀ ਇੰਦਰਾ ਗਾਂਧੀ ਦੇ ਜਿਹੜੇ ਕੰਨਾਂ ਜਿਹੜੀ ਉਹਦੇ ਦਿਲ ਦੇ ਵਿੱਚ ਚੱਲ ਰਹੀ ਸੀ ਅੱਗ, ਉਹਨੂੰ ਅੱਗ ਉਹਨੂੰ ਠੰਡੀ ਹੋਈ ਤਾਂ ਹੋਣੀ ਇੱਦਾਂ ਸੀ ਵੀ ਜਿੰਨਾ ਚਿਰ ਇਹਦਾ ਮੈਂ ਖੂਨ ਨਹੀਂ ਵਹਾ ਲੈਂਦੀ। ਸੋ ਉਸ ਨੇ ਰੱਜ ਕੇ ਖੂਨ ਵਹਾਇਆ, ਔਰ ਪੁੱਤ ਉਹਦਾ ਇਹ ਕਹਿੰਦਾ ਹੈਗਾ ਜਿਹੜਾ ਮੁਲਕੀ ਪ੍ਰਾਈਮ ਮਿਨਿਸਟਰ ਬਣਦਾ ਉਹ ਮੁੜ ਕਹਿੰਦਾ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈਗਾ ਵੀ ਉਸ ਵੇਲੇ ਧਰਤੀ ਹਿਲਦੀ ਆ, 10,000 ਸਿੱਖ ਮਾਰ ਕੇ ਜਾਣੀ ਧਰਤੀ ਜਾਣੀ ਉਹ ਹਿੱਲਣ ਦਾ ਕਹਿੰਦਾ ਵੀ ਧਰਤੀ ਹਿੱਲੀ ਆ, ਕਿਉਂਕਿ ਮਤਲਬ ਜਾਣੀ ਇਹ ਬੜਾ ਮੁਲਕ। ਔਰ ਜਿਵੇਂ ਪ੍ਰਧਾਨ ਹੋਣੀ ਦੱਸ ਕੇ ਉੱਠੇ ਮਹਾਤਮਾ ਗਾਂਧੀ ਉਸ ਵੇਲੇ ਉਹ ਰਾਸ਼ਟਰਪਿਤਾ ਸੀਗਾ, ਇੱਥੇ ਲਾਰਡ ਮਾਊਂਟਬੈਟਨ ਨੂੰ ਇੱਥੇ ਆਰਸ਼ਾਂ ਨੇ ਅੜਾ ਦਿੱਤਾ, ਇੱਥੇ ਕਿਸੇ ਦੀ ਝਰੀਟ ਨਹੀਂ ਆਈ, ਔਰ ਟੋਰੀਆਂ ਦੀ ਸਾਰੀ ਕੈਬਨਿਟ ਰੈਡਿੰਗ ਦੇ ਵਿੱਚ ਹੋਟਲ ਦੇ ਵਿੱਚ ਬੰਬ ਸੜ ਕੇ ਉਹ ਬਚ ਗਈ, ਕੋਈ ਕਿਸਮਤ ਚੰਗੀ, ਹੋਟਲ ਇਹਦਾ ਅੜਾ ਦਿੱਤਾ ਸੀਗਾ, ਕਿਸੇ ਦੀ ਝਰੀਟ ਨਹੀਂ ਆਈ। ਇਹ ਹੈਗਾ ਲਾਅ ਐਂਡ ਆਰਡਰ, ਉੱਥੇ ਕੋਈ ਲਾਅ ਐਂਡ ਆਰਡਰ ਨਹੀਂ, ਉੱਥੇ ਕੋਈ ਜਿਹੜੀ ਹਿਊਮਨ ਰਾਈਟਸ ਦਾ ਕੋਈ ਮਸਲਾ ਨਹੀਂ ਹੈਗਾ, ਔਰ ਉੱਥੇ ਜਿਹੜੀ ਵੀ ਚੀਜ਼ ਹੈਗੀ ਆ ਉਹ ਅੱਜ ਉਸ ਵੇਲੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਔਰ ਅਟੈਕ ਕਰਨ ਵਾਲੀ ਕਾਂਗਰਸ ਸੀ ਜੀ, ਅੱਜ ਜਮਾਤ ਕਿਹੜੀ ਬੈਠੀ ਆ? ਉਹ ਕਾਂਗਰਸ ਆ, ਥੋੜਾ ਚਿਰ ਵਿਚਾਰੇ ਦੂਜੀ ਸਰਕਾਰ ਆਈ ਆ, ਉਹ ਵੀ ਕੁਛ ਨਹੀਂ ਕਰ ਸਕੀ। ਜੇ ਉਹੀ ਕੁਛ ਕਰਨਾ ਚਾਹੁੰਦੀ, ਉਹਦੇ ਲੀਡਰ ਨਾਲ ਤਾਂ ਇਹ ਕਿਹਾ ਸੀਗਾ ਵੀ ਇਹ ਦੁਰਗਾ ਆ, ਹਾਂਜੀ ਉਹਨੇ ਕੀ ਕਰਨਾ ਸੀਗਾ? ਸੋ ਅੱਜ ਅਡਵਾਨੀ ਸਾਹਿਬ ਆਪਣੀ ਕਿਤਾਬਾਂ 'ਚ ਕੀ ਲਿਖ ਰਿਹਾ, ਉਹਨਾਂ ਨੂੰ ਅਸੀਂ ਗਲਬਕਟੀਆਂ ਪਾ ਕੇ ਫਿਰਦੇ ਹਾਂ ਜੀ ਜੀ। ਸੋ ਇਸ ਕਰਕੇ ਇਹ ਹਰ ਚੀਜ਼ ਜਿਹੜੀ ਇਹ ਪੋਲੀਟੀਕਲ ਹੈਗੀ ਆ। ਔਰ ਦੂਜੀ ਮੈਂ ਕਲੈਕਟਰ ਵੀ ਗੱਲ ਕਰ ਦੂੰਗਾ, ਅਸੀਂ ਸਿੱਖ ਸਾਰੇ ਜ਼ਿੰਮੇਵਾਰ ਹਾਂ ਜੀ, ਜਿੰਨੇ ਵੀ ਅਸੀਂ ਬਾਹਰ ਬੈਠੇ ਜਾਂ ਕਿਤੇ ਬੈਠੇ ਹਾਂ। ਹਾਂਜੀ, ਮੈਂ ਤਾਂ ਇਹ ਕਹੂੰਗਾ ਇਹ ਜਸਟ ਮੰਗਿਆ ਹੀ ਨਹੀਂ ਹੈਗਾ, ਕਿਉਂਕਿ ਇੱਥੇ ਲੀਡਰ ਚਾਹੇ ਸਾਡੇ ਸਿੱਖ ਲੀਡਰ ਇੱਥੇ ਆਉਂਦੇ ਆ, ਹਾਂਜੀ ਸਿੱਖ ਲੀਡਰ ਇੱਥੇ ਆਉਂਦੇ ਆ, ਅੱਜ ਤੱਕ 28 ਸਾਲਾਂ ਦੇ ਵਿੱਚ ਅਸੀਂ ਕਦੇ ਇਕੱਠੇ ਹੋ ਕੇ ਕਦੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਦੱਸੋ ਵੀ ਤੁਸੀਂ ਇਹਦੇ ਬਾਰੇ ਕੀ ਕਰ ਰਹੇ ਆ, ਕੋਈ ਦੱਸੋ ਤੁਹਾਡੀ ਕੀ ਸਟੇਟਮੈਂਟ ਆ, ਤੁਸੀਂ ਕੀ ਕਰ ਰਹੇ ਆ, ਅਸੀਂ ਕਦੇ ਕੁਛ ਨਹੀਂ ਪੁੱਛਿਆ। ਔਰ ਚੋਰੀ ਛੱਪੀ ਲੁਕ ਲੁਕ ਕੇ ਉਹਨਾਂ ਚਾਹ ਪਾਣੀ ਪਿਲਾ ਕੇ ਅਸੀਂ ਤੋੜਦੇ ਰਹੇ ਹੈਗੇ ਹਾਂ। ਔਰ ਅਸੀਂ ਜੇ ਜਿੰਨੇ ਕੁ ਵੀ ਸਿੱਖ ਹੈਗੇ ਮੁੱਠੀ ਵਰਜੀ ਨੂੰ ਅਸੀਂ ਥੋੜ੍ਹੇ ਵੀ ਕਹਿੰਦੇ, ਅਸੀਂ ਕਹਿੰਦੇ ਇਕੱਠੇ ਹੋ ਜਾਈਏ ਨਾ, ਅਸੀਂ ਜੋ ਮਰਜ਼ੀ ਕਰ ਸਕਦੇ, ਲੇਕਿਨ ਅਫਸੋਸ ਇਹ ਆ ਜਿਹੜਾ ਬੰਦਾ ਮੈਨੂੰ ਯਾਦ ਆ 84 ਦੇ ਵਿੱਚ ਇੱਕ ਮਿੰਟ ਦੀ ਸਮੈਲ ਗੁਰਦੁਆਰੇ ਮੈਂ ਜਾਣੀ, ਕਿਉਂਕਿ ਉੱਥੇ ਤਾਂ ਬਲੈਕਆਊਟ ਸੀ, ਹਾਂਜੀ ਉੱਥੇ ਕੋਈ ਖ਼ਬਰ ਨਾ ਸੀ ਨਸ਼ੇ ਹੋ ਰਹੀ ਜੀ। ਔਰ ਜਲੰਧਰੋਂ ਕਿ ਪੰਜਾਬ 'ਚੋਂ ਲੋਕ ਤਾਂ ਟੈਲੀਫੋਨ ਟਰਾਈ ਕਰਦੇ ਸੀ, ਕੋਸ਼ਿਸ਼ ਕਰਦੇ ਵੀ ਬਾਹਰੋਂ ਸਾਨੂੰ ਕੋਈ ਖ਼ਬਰ ਮਿਲੇ, ਹਾਂਜੀ ਔਰ ਕੋਈ ਅਮੈਰੀਕਾ ਤੋਂ, ਕੋਈ ਕਿਤੇ ਹੋ, ਕੋਈ ਕਿਤੇ ਹੋ ਜੀ, ਜਿੰਨੀ ਕੁ ਮੈਨੂੰ ਖ਼ਬਰ ਮਿਲਦੀ ਸੀ ਮੈਂ ਉਹ ਸਵੇਰੇ ਖ਼ਬਰ ਲੈ ਕੇ ਸਮੈਲ ਗੁਰਦੁਆਰੇ ਜਾਣੀ ਸੰਗਤਾਂ ਵਿਸ਼ਾਲ ਭਰਿਆ ਸੀਗਾ ਜੀ, ਉਹ ਖ਼ਬਰ ਦੇ ਰਹੇ ਸੀਗੇ। ਔਰ ਐਟ ਦੀ ਐਂਡ ਜਿਸ ਵੇਲੇ ਇਹ ਮੈਨੂੰ ਯਾਦ ਹੈ ਵੀ ਉਹ ਗੁਰਮੇਲ ਸਿੰਘ ਵਾਕ ਲਿਆ ਸੀਗਾ ਜਿਸ ਵੇਲੇ ਸੰਤ ਸ਼ਹੀਦ ਹੋਏ ਆ ਜੀ, ਉਹ ਦੱਸਿਆ ਵੀ ਆਹ ਵੀ ਖ਼ਬਰ ਮਿਲੀ ਹੈ ਵੀ ਸੰਤ ਸ਼ਹੀਦ ਹੋ ਗਏ ਹੈਗੇ ਆ, ਔਰ ਸੰਗਤ ਉਸ ਵੇਲੇ ਧਾਹਾਂ ਮਾਰਦੀ ਸੀ, ਔਰ ਉੱਥੋਂ ਕਿਸੇ ਨੂੰ ਕੋਈ ਖ਼ਬਰ ਨਹੀਂ ਮਿਲ ਰਹੀ ਸੀ ਜੀ। ਔਰ ਇਹ ਤਾਂ ਇੱਕ ਇਹ ਗੱਲ ਆ ਵੀ ਉਹਨਾਂ ਸ਼ੇਰਾਂ ਨੇ, ਬਬਰ ਸ਼ੇਰਾਂ ਨੇ ਜੋ ਕੀਤਾ ਉਸ ਵੇਲੇ ਜੀ 31 ਅਕਤੂਬਰ ਨੂੰ ਜੋ ਨਹੀਂ ਕੀਤਾ, ਔਰ ਉਹ ਅਸੈਸੀਨੇਟ ਤੋਂ ਬਾਅਦ ਉਹਦਾ ਜਿਹੜਾ ਫਿਊਨਰਲ ਸੀਗਾ ਉਹਨੂੰ ਅਟੈਂਡ ਕਰਨ ਵਾਸਤੇ ਕਿਉਂਕਿ ਸਾਰੀ ਵਰਲਡ ਚੋਂ ਲੀਡਰ ਗਏ ਹੋਏ ਸੀਗੇ ਜੀ, ਇਸ ਕਰਕੇ ਮਾੜਾ ਮੋਟਾ ਜਿਹੜਾ ਉੱਥੇ ਮੀਡੀਆ ਸੀਗਾ ਡਿਊ ਟੂ ਦੈਟ ਉਹ ਚੀਜ਼ਾਂ ਸਾਡੇ ਸਾਹਮਣੇ ਆ ਗਈਆਂ। ਹਾਂਜੀ, ਅਗਰ ਉਹ ਵੀ ਕੋਈ ਚੀਜ਼ਾਂ ਸਾਡੇ ਸਾਹਮਣੇ ਨਹੀਂ ਸੀ ਆਉਣੀ ਇਹ ਤੁਹਾਨੂੰ ਦੱਸਣੀ ਚਾਹੁੰਦੇ ਹਾਂ, ਔਰ ਉਹ ਚੀਜ਼ਾਂ ਜਾਣੀ ਇੰਨੀ ਪਲੈਨ ਦੇ ਨਾਲ ਉਹ ਕੀਤਾ ਗਿਆ ਹੈਗਾ ਵੀ ਜਿਹੜਾ
ਅੱਜ ਵੀ ਜੇ ਕਈ ਦਫਾ ਕਾਰ ਵਿੱਚ ਕੋਈ ਟੇਪ ਨੂੰ ਸੁਣਦੇ ਅੱਖਾਂ ਪਾਣੀ ਪਾਣੀ ਅਨਸੁੱਟੀਆਂ ਲੱਭਦਾ, ਜਿਹਨਾਂ ਨੇ ਦੇਖਿਆ ਹੋਊਗੀ ਉਹਨਾਂ ਨੇ ਉਹ ਕੀ ਬੀਤੀ ਹੋਊਗੀ, ਉਹ ਕਿੱਦਾਂ ਵਿਚਾਰੇ ਆਪਣੇ ਅੱਜ ਤੱਕ ਕਿੱਦਾਂ ਹੁਣ ਇਹ ਕਹਿੰਦੇ ਆ ਸਾਡੇ ਹੋਮਲੈਸ ਨੇ ਕਹਿਤਾ ਜੀ ਭੁੱਲ ਜਾਓ ਭੁਲਾ ਦਿਓ। ਹਾਂਜੀ ਹਾਂ ਇਹ ਵੀ ਗੱਲ ਆਈ ਹੈ ਭੁਲਾ ਦਿਓ, ਕਿਉਂ ਭੁਲਾ ਦਿਓ? ਔਰ ਮੈਨੂੰ ਅਫਸੋਸ ਦੀ ਗੱਲ ਇਹ ਆ ਵੀ ਸਾਡੇ ਕੈਪਟਨ ਸਾਹਿਬ ਨੇ ਵੀ ਡਟ ਕੇ ਹੁਣ ਸਭ ਗੱਲ ਡਟ ਕੇ ਕਹੀ ਸੀ ਕੈਪਟਨ ਅਮਰਿੰਦਰ ਸਿੰਘ ਨੇ। ਹਾਂਜੀ ਹਾਂ ਕਹਿੰਦੇ ਕਹਿੰਦੇ ਭੁਲਾ ਦਿਓ, ਲੋਕੀ ਪੰਜ ਪੰਜ ਸੱਤ ਸਾਲ ਤੋਂ 100 ਸਾਲ ਜਿਹੜੇ ਸਾਕੇ ਹੋਏ ਆ ਉਹਨਾਂ ਨੂੰ ਅੱਜ ਤਾਈਂ ਭੁਲਾ ਰਹੇ, ਇਹਨੂੰ ਕਿੱਦਾਂ ਭੁਲਾ ਦੇਣਗੇ? ਲੇਕਿਨ ਅੱਜ ਅਫਸੋਸ ਦੀ ਗੱਲ ਆ ਵੀ ਕੈਪਟਨ ਸਾਹਿਬ ਉਹ ਜੇ ਸਾਡੀ ਉੱਥੇ ਬਣ ਰਹੀ ਹੈਗੀ ਯਾਦਗਾਰ ਬਣ ਰਹੀ ਉੱਥੇ ਕਿੰਤੂ ਪ੍ਰੰਤੂ ਕਰ ਰਹੇ ਆ, ਅਸੀਂ ਖੜੇ ਕਿੱਥੇ ਆ? ਸਿੱਖ ਤਾਂ ਸਿੱਖ ਆ ਨਾ ਅਸੀਂ, ਜੇ ਅਸੀਂ ਸਿੱਖੀ ਨੂੰ ਪਹਿਚਾਣ ਲਈਏ ਵੀ ਅਸੀਂ ਸਿੱਖ ਆ, ਅਸੀਂ ਉਹ ਕਾਂਗਰਸ ਸੀ ਉਹ ਕਾਂਗਰਸ ਦੀ ਗੱਲ ਕਰ ਠੀਕ ਆ, ਪਰ ਜਿੱਥੇ ਪੰਜਾਬੀਅਤ ਦਾ ਮਸਲਾ ਹੁੰਦਾ ਜੇ ਉੱਥੇ ਇਕੱਠੇ ਹੋ ਜਾਈਏ ਅਸੀਂ ਹਰ ਚੀਜ਼ ਮਨਾ ਸਕਦੇ। ਪਰ ਅਫਸੋਸ ਕਿ ਅਸੀਂ ਹੁਣ ਸੈਂਟਰ ਨੂੰ ਪਤਾ ਵੀ ਕਾਂਗਰਸ ਦੀ ਗੱਲ ਕੀਤੀ ਅਕਾਲੀਆਂ ਨਹੀਂ ਮੰਨਣੀ, ਅਕਾਲੀਆਂ ਦੀ ਕੀਤੀ ਗੱਲ ਉਹ ਕਾਂਗਰਸ ਨਹੀਂ ਮੰਨਣੀ, ਸੋ ਇਸ ਕਰਕੇ ਉਹਨਾਂ ਦਾ ਹੱਥ ਦੋਨਾਂ 'ਚ ਲੱਡੂ ਹੈਗਾ ਔਰ ਅੱਜ ਅਸੀਂ ਉਹ ਜੁੱਤੀਆਂ ਖਾਈ ਜਾ ਰਹੇ ਹੈਗੇ ਹਾਂ। ਔਰ ਇੱਥੇ ਵੀ ਜੇ ਕੋਈ ਲੀਡਰ ਹੁੰਦਾ ਅਸੀਂ ਬਹਾਲੀਏ, ਬਹਾਲ ਕੇ ਪੁੱਛੇ ਵੀ ਦੱਸੋ ਵੀ ਤੁਸੀਂ ਸਾਨੂੰ ਆਪਣੀ ਕਾਗਜ਼ਾਤ ਦੱਸੋ ਕੀ ਕੀਤਾ, ਜੇ ਸਾਨੂੰ ਇਨਸਾਫ਼ ਨਹੀਂ ਮਿਲਿਆ ਤੁਸੀਂ ਦੱਸੋ ਤੁਹਾਡਾ ਤੁਸੀਂ ਕੀ ਕੀਤਾ ਹੈਗਾ, ਪਰ ਅਸੀਂ ਕਦੇ ਨਹੀਂ ਅੱਗੇ ਪੁੱਛਿਆ। ਬਿਲਕੁਲ ਮੈਂ ਚੌਹਾਨ ਆਪਣਾ ਰਘਵੀਰ ਸਿੰਘ ਜੀ ਨੂੰ ਪੁੱਛਣਾ ਚਾਹਾਂਗਾ। ਭਾਅ ਜੀ ਰਘਵੀਰ ਸਿੰਘ ਜੀ, ਜਿਵੇਂ ਗੱਲ ਹੁੰਦੀ ਹੈ ਚੌਹਾਨ ਸਾਹਿਬ ਨੇ ਗੱਲ ਕੀਤੀ ਹੈਗੀ ਹੈ ਕਿ ਜਿਵੇਂ ਕਾਂਗਰਸ ਦੀ ਵੀ ਗੱਲ ਕੀਤੀ, ਇਹਨਾਂ ਨੇ ਬੀਜੇਪੀ ਦੀ ਵੀ ਗੱਲ ਕੀਤੀ, ਅਡਵਾਨੀ ਦੀ ਵੀ ਗੱਲ ਕੀਤੀ, ਸਰਕਾਰ ਦੇ ਜਿਹੜੇ ਕਾਂਗਰਸ ਦੀ ਸੀ ਜਿਸ ਟਾਈਮ 1984 ਦੇ ਵਿੱਚ ਜੋ ਕੁਛ ਹੋਇਆ, ਲੇਕਿਨ ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਵੀ ਆਉਂਦੀ ਰਹੀ, ਲੇਕਿਨ ਕਿਸੇ ਵੀ ਸਰਕਾਰ ਦੇ ਟਾਈਮ 'ਤੇ ਸਾਨੂੰ ਨਿਆਂ ਨਹੀਂ ਮਿਲਿਆ, ਕਾਹਤੋਂ ਨਹੀਂ ਮਿਲਿਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਉਹਨਾਂ ਸਮੂਹ ਜਿਹੜੇ ਨਿਰਦੋਸ਼ ਲੋਕ ਮਾਰੇ ਗਏ ਸ਼ਰਧਾ ਦੇ ਫੁੱਲ ਭੇਟ ਕਰਦਾ। ਜਿਹੜਾ ਸਵਾਲ ਤੁਸੀਂ ਕੀਤਾ ਕਿ ਕੋਈ ਵੀ ਸਰਕਾਰ ਆ ਜਾਵੇ ਉਹਨਾਂ ਨੇ ਇਨਸਾਫ਼ ਕਿਉਂ ਨਹੀਂ ਦਿੱਤਾ, ਇਹੀ ਸਵਾਲ ਮੈਂ HS ਫੂਲਕਾ ਜੋ ਹੁਣ ਜਿਨ੍ਹਾਂ ਨੇ ਕੱਲ੍ਹ ਉੱਥੇ ਮੁਜ਼ਾਹਰਾ ਕੀਤਾ ਉਹਨਾਂ ਨੂੰ ਕੀਤਾ ਸੀਗਾ, ਟੈਲੀਫੋਨ 'ਤੇ ਇੱਥੋਂ 6 ਚੈਨਲ ਦੇ ਥਰੂ ਹੀ ਕੀਤਾ ਸੀਗਾ ਕਿ ਜਦੋਂ ਸਾਨੂੰ ਪਤਾ ਸਾਨੂੰ ਇਹਨਾਂ ਤੋਂ ਇਨਸਾਫ਼ ਨਹੀਂ ਮਿਲਣਾ ਵੀ ਜਾਂ ਆਪਾਂ ਅਬਦਾਲੀ ਦੀ ਜਾਂ ਪੁਰਾਣੇ ਜਿਹੜੇ ਜ਼ਾਲਮ ਹੋਏ ਉਹਨਾਂ ਦੀ ਗੱਲ ਕਰ ਲਈਏ ਵੀ ਸਿੱਖ ਉਹਨਾਂ ਤੋਂ ਇਨਸਾਫ਼ ਮੰਗਣ ਨਹੀਂ ਸੀ ਗਏ, ਵੀ ਅੱਜ ਆਪਾਂ ਇਹਨਾਂ ਕੋਲ ਇਨਸਾਫ਼ ਕਿਉਂ ਮੰਗਦੇ ਹਾਂ ਜਦ ਆਪਾਂ ਨੂੰ ਮਿਲਣਾ ਹੀ ਨਹੀਂ ਗਾ, ਕਿਉਂ ਨਹੀਂ ਅਸੀਂ ਇਕੱਠੇ ਹੋ ਕੇ ਕੋਈ ਇਹੋ ਜਿਹੀ ਮੂਵਮੈਂਟ ਤੋਰਦੇ ਜਿੰਨਾ ਮਤਲਬ ਅਸੀਂ ਆਜ਼ਾਦ ਹੋ ਸਕੀ? ਜੀ ਉਹਨਾਂ ਨੇ ਜਵਾਬ ਦਿੱਤਾ ਜੀ ਇਹ ਤੁਹਾਨੂੰ ਬਾਹਰ ਬੈਠਿਆਂ ਨੂੰ ਬਹੁਤ ਜਿੱਦਾਂ ਸੌਖਾ ਲੱਗਦਾ ਆ, ਪਰ ਇੱਥੇ ਜਿੱਥੇ ਅਸੀਂ ਬੈਠੇ ਹਾਂ ਜੇ ਅਸੀਂ ਇੰਨੀ ਕੁ ਵੀ ਗੱਲ ਚੱਲਦੀ ਨਾ ਰੱਖੀਏ ਤੇ ਹੋਰ ਦੱਸੋ ਕਰੀਏ ਕੀ? ਇਹ ਗੱਲ ਨੂੰ ਚੱਲਦੀ ਰੱਖਣ ਲਈ ਦੁਨੀਆਂ ਨੂੰ ਦੱਸਣ ਲਈ ਤੇ ਅੱਜ 28 ਸਾਲ ਬਾਅਦ ਜਿਹੜੀ ਉਹਨਾਂ ਦੀ ਗੱਲ ਮੈਂ ਕੱਲ ਦੇਖੀ ਜਿਹੜੀ ਜੇ ਤੇ ਮਾੜਾ ਜਿਹਾ ਜਿੱਦਾਂ ਦੁਨੀਆਂ ਨੂੰ ਅਸਰ ਹੋਇਆ, ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਮੋਸ਼ਨ ਆ ਗਿਆ ਉਹਨਾਂ ਨੇ ਮਤਲਬ ਆਪਣੇ ਆਲਰੇਡੀ ਤੁਸੀਂ ਦੇਖਿਆ ਖਬਰਾਂ ਦੇ ਵਿੱਚ ਕਿ ਆਪਾਂ ਕਹਿੰਦੇ ਕੁਛ ਕੀਤਾ ਨਹੀਂ ਕਿ ਉਹਨਾਂ ਜ਼ਾਲਮਾਂ ਤੋਂ ਤਾਂ ਸਾਨੂੰ ਇਨਸਾਫ਼ ਦੀ ਆਸ ਨਹੀਂ, ਚਾਹੇ ਕਿਉਂਕਿ ਜਿਹੜੇ ਪਾਵਰ ਦੇ ਭੁੱਖੇ ਆ ਜਿਨ੍ਹਾਂ ਨੇ ਪਾਵਰ ਵਾਸਤੇ ਗੱਲ ਕਰਨੀ ਆ ਸਾਨੂੰ ਉਹਨਾਂ ਤੋਂ ਆਸ ਨਹੀਂ ਗੀ, ਪਰ ਅਸੀਂ ਉਹ ਗੱਲ ਨੂੰ ਜੇ ਅਸੀਂ ਅੰਤਰਰਾਸ਼ਟਰੀ ਤੌਰ 'ਤੇ ਜਿੱਦਾਂ ਹੁਣ ਤੁਰੀ ਆ ਗੱਲ ਉਹ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਇੱਥੇ ਲੌਬੀ ਕਰਕੇ ਸਿੱਖ ਜਾਂ ਆਪਾਂ ਕੱਲ੍ਹ ਕਵੈਂਟਰੀ ਦੇ ਵਿੱਚ ਇੱਥੇ 12ਵੀਂ ਸ਼ਾਮ ਨੂੰ ਪ੍ਰੋਗਰਾਮ ਕੀਤਾ ਇਹ ਕੈਂਡਲ ਵਿਜਲ ਅਤੇ ਇਸੇ ਤਰ੍ਹਾਂ ਪੂਰੀ ਦੁਨੀਆਂ ਦੇ ਵਿੱਚ ਜਰਮਨੀ ਸਵਿਟਜ਼ਰਲੈਂਡ ਸਾਰੇ ਥਾਂ 'ਤੇ ਕੀਤਾ ਆ ਅਤੇ ਅਕਾਲ ਤਖਤ ਸਾਹਿਬ 'ਤੇ ਵੀ ਪਿਛਲੇ ਸਾਲ ਵੀ ਅਰਦਾਸ ਹੋਈ ਸੀ ਤਹਿਤ ਕਿ ਵੀ ਉਹਨਾਂ ਨੇ ਅਰਦਾਸ ਕੀਤੀ ਆ ਜਿੱਥੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਇਹ ਜਿੱਦਾਂ ਤੁਸੀਂ ਸਵਾਲ ਪਹਿਲਾਂ ਕੀਤਾ ਦੰਗੇ ਨਹੀਂ ਗੇ, ਇਹਨਾਂ ਨੂੰ ਕਿਸੇ ਵੀ ਸਿੱਖ ਨੇ ਦੰਗੇ ਨਹੀਂ ਕਹਿਣਾ, ਇਹ ਕਤਲੇਆਮ ਆ ਕਿਉਂਕਿ ਇਹ ਗਿਣੀ ਮਿੱਥੀ ਸਾਜ਼ਿਸ਼ ਸੀਗੀ। ਤੇ ਦੂਸਰੀ ਜਿੱਦਾਂ ਸਾਨੂੰ ਇਹਦੇ ਲਈ ਜਿੱਦਾਂ ਕੈਰੀ ਆਨ ਗੱਲ ਰੱਖਣੀ ਪੈਣੀ ਆ, ਅੱਜ ਮੈਨੂੰ ਜਿੱਦਾਂ ਕੱਲ੍ਹ ਦਾ ਜਿਹੜਾ ਮੈਂ ਪ੍ਰੋਗਰਾਮ ਦੇਖਿਆ ਅੱਗੇ ਮੈਨੂੰ ਥੋੜ੍ਹੀ ਕਈ ਵਾਰੀ ਬੰਦੇ ਨੂੰ ਹੁੰਦਾ ਆਸ ਨਹੀਂ ਬੱਜਦੀ, ਕੱਲ੍ਹ ਬਹੁਤ ਆਸ ਬੱਜੀ ਆ ਵੀ ਇਹੋ ਜਿਹੀ ਚੀਜ਼ ਇੱਦਾਂ ਤਾਂ ਨਹੀਂ ਵੀ ਅਸੀਂ ਹਾਲੇ ਸਫਲ ਹੋ ਗਏ ਹਾਂ, ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਵੀ ਜੇ ਇਹੋ ਜਿਹਾ ਭਾਣਾ ਗਾਂਹ ਵੀ ਵਰਤ ਸਕਦਾ ਆ ਇਹ ਤਾਂ ਇੱਕੋ ਇੱਕ ਤਰੀਕੇ ਨਾਲ ਰੁਕ ਸਕਦਾ ਕਿ ਅਸੀਂ ਆਪਣੀ ਆਜ਼ਾਦੀ ਵੱਲ ਨੂੰ ਵੀ ਵਧੀਏ ਵੀ ਅਸੀਂ ਆਪਣੇ ਆਪ ਨੂੰ ਆਜ਼ਾਦ ਕਿੱਦਾਂ ਕਰਾਉਣਾ, ਆਪਣੇ ਜਿਹੜਾ ਬਾਹਰ ਜਿੰਨਾ ਸਿੱਖ ਬੈਠਾ ਉਹ ਪੰਜਾਬ ਦੇ ਵਿੱਚ ਜਿੱਥੇ ਵੀ ਬੈਠਾ ਆ ਕਈ ਵਾਰੀ ਅਸੀਂ ਗਲਤ ਡੋਰ ਕਰਦੇ ਹਾਂ ਵੀ ਹਾਂ ਜੀ ਜੇ ਬਾਦਲ ਸਾਹਿਬ ਆ ਜਾਂ ਫਲਾਨਾ ਆ ਜਾਂ ਭਾਜਪਾ ਵਾਲੇ ਆ ਜਾਂ ਕਾਂਗਰਸ ਆ ਇਹ ਸਾਨੂੰ ਇਨਸਾਫ਼ ਦੇ ਦਊਗੇ ਜਾਂ ਉਹਨਾਂ ਨੇ, ਦੇਖੋ ਉਹਨਾਂ ਨੇ ਕਲੀਅਰ ਗੱਲ ਆ ਵੀ ਅਸੀਂ ਆਪਣੀ ਪਾਵਰ ਲਈ ਲੜਦੇ ਹਾਂ, ਪਰ ਜਿਹੜਾ ਸਿੱਖ ਆਜ਼ਾਦੀ ਲਈ ਲੜਦਾ ਆ ਉਹਨੂੰ ਲਾਮਬੰਦ ਹੋਣਾ ਚਾਹੀਦਾ ਕਿ ਅਸੀਂ ਆਪਣੇ ਬੱਚੇ ਬੱਚੇ ਨੂੰ ਆਉਣ ਵਾਲੀ ਪਨੀਰੀ ਨੂੰ ਇਹ ਦੱਸ ਦਈਏ ਵੀ ਅਸੀਂ ਗੁਲਾਮ ਆ ਅਸੀਂ ਆਜ਼ਾਦੀ ਲੈਣੀ ਆ, ਉਸ ਦਿਨ ਫਿਰ ਸਾਨੂੰ ਇਨਸਾਫ਼ ਜਿਹੜਾ ਮਿਲੂਗਾ ਅਤੇ ਇੱਕ ਦਿਨ ਜ਼ਰੂਰ ਆਊਗਾ ਜਿੱਦਾਂ ਇਸ ਵੇਲੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਪਾਰਟੀਆਂ ਆ ਉਹ ਆਪਸ ਵਿੱਚ ਵੰਡੀਆਂ ਜਾ ਰਹੀਆਂ ਆ, ਉਹ ਗੱਲ ਨਹੀਂ ਗੀ ਜਿਹੜੀ ਕਾਂਗਰਸ ਦੀ ਪਹਿਲੀ ਸੀ ਜਾਂ ਭਾਜਪਾ ਦੀ ਪਹਿਲੀ ਸੀਗੀ, ਹੁਣ ਉਹ ਲੋਕ ਵੀ ਉੱਠ ਰਹੇ ਆ ਜਿਹੜੇ ਮਤਲਬ ਪਿੰਡਾਂ ਤੋਂ ਸ਼ਹਿਰਾਂ ਤੋਂ ਜਿਹੜੇ ਗਰੀਬ ਆ ਇਨਸਾਫ਼ ਲਈ ਆਪਣੀ ਪੁਕਾਰ ਕਰ ਰਹੇ ਆ। ਆਪਣੇ ਸਾਹਮਣੇ ਮਿਸਾਲ ਆ ਭਾਵੇਂ ਹਿੰਦੁਸਤਾਨ ਦੀ ਆ, ਮੁਸਲਮਾਨਾਂ ਨੇ ਗੁਜਰਾਤ ਦੇ ਵਿੱਚ ਉਹਨਾਂ ਦਾ ਕਤਲੇਆਮ ਹੋਇਆ, ਉਹਨਾਂ ਨੇ 10 ਸਾਲਾਂ ਦੇ ਵਿੱਚ ਉਹ ਇਨਸਾਫ਼ ਲੈ ਲਿਆ,
ਉਹ ਸਾਡੇ ਲਈ ਵੀ ਮਤਲਬ ਜਿਹੜਾ ਕੱਲ ਕੀਤਾ, ਇਸ ਕਰਕੇ ਸਾਡੇ ਨੌਜਵਾਨ ਉੱਥੇ ਉੱਠੇ ਆ। ਉਹਨਾਂ ਨੇ 22 ਤਰੀਕ ਨੂੰ ਜਲ੍ਹਿਆਂਵਾਲੇ ਬਾਗ ਤੋਂ ਮਤਲਬ ਨਿਵੇਸ਼ ਸ਼ੁਰੂ ਕਰਕੇ, ਪੱਤਰਕਾਰ ਜਰਨੈਲ ਸਿੰਘ ਨੇ ਤੇ ਜਰਨੈਲ ਸਿੰਘ ਫੂਲਕਾ ਨੇ ਤੇ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਅਰਦਾਸ ਕੀਤੀ ਉਹਨਾਂ ਨੇ ਸਾਰਾ ਉਹ ਕਰਕੇ। ਕਿਉਂਕਿ ਕਈ ਵਾਰੀ ਜਿਹੜਾ ਮੀਡੀਆ ਦੀ ਜਿੱਦਾਂ ਆਪਾਂ ਗੱਲ ਕਰਦੇ ਉਸ ਵੇਲੇ ਅਸੀਂ ਆਪਣੇ ਲੋਕਾਂ ਨੂੰ ਉਹ ਗੱਲਾਂ ਦੱਸ ਨਹੀਂ ਸਕੇ ਜਾਂ ਉਹ ਗੱਲਾਂ ਪਹੁੰਚ ਨਹੀਂ ਸਕੀਆਂ। ਇਸ ਕਰਕੇ ਜਿੱਦਾਂ ਇੱਥੇ ਇੰਗਲੈਂਡ ਦੇ ਵਿੱਚ ਸਿੱਖ ਚੈਨਲ ਜਾਂ ਹੋਰ ਜਿਹੜਾ ਮੀਡੀਆ ਜੇ ਇਹ ਕਰਦੇ ਆ, ਇਸੇ ਤਰ੍ਹਾਂ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਵੀ ਇਹ ਮੂਵਮੈਂਟ ਨੂੰ ਤੋਰਾਂਗੇ, ਲੋਕਾਂ ਨੂੰ ਪਤਾ ਲੱਗੂਗਾ ਵੀ ਸਾਡੇ ਜਿੱਦਾਂ ਆਪਾਂ ਹੁਣ ਪੁਰਾਣੀਆਂ ਕਹਾਣੀਆਂ ਪੜ੍ਹਦੇ ਹਾਂ ਜਾਂ ਸਾਡੇ ਪ੍ਰਚਾਰਕ ਸਾਨੂੰ ਦੱਸਦੇ ਆ ਤਾਂ ਸਾਨੂੰ ਯਾਦ ਆਉਂਦਾ, ਤੇ ਥੋੜਾ ਪ੍ਰਚਾਰਕਾਂ ਨੂੰ ਵੀ ਇਸ ਪਾਸੇ ਨੂੰ ਤੁਰਨਾ ਪੈਣਾ। ਕਈ ਵਾਰੀ ਆਪਾਂ ਗੁਰਦੁਆਰਿਆਂ 'ਚ ਇਹ ਕਹਿੰਦੇ ਜੀ ਆਹ ਗੱਲ ਨਾ ਕਰਿਓ, 84 ਦੀ ਗੱਲ ਨਾ ਕਰਿਓ, ਸੰਤ ਭਿੰਡਰਾਂ ਵਾਲੇ ਦੀ ਗੱਲ ਨਾ ਕਰਿਓ। ਜੇ ਹੁਣ ਆਪਾਂ ਗੁਰਦੁਆਰਿਆਂ ਦੇ ਵਿੱਚ ਜਾਂ ਮੀਡੀਆ ਤੇ ਗੱਲ ਹੀ ਨਹੀਂ ਕਰਨੀ ਕਿ ਲੋਕਾਂ ਨੂੰ ਦੱਸਣਾ ਨਹੀਂ ਸਾਡੇ ਨਾਲ ਹੋਇਆ ਕੀ ਆ, ਤੇ ਲੋਕਾਂ ਨੂੰ ਪਤਾ ਕਿੱਦਾਂ ਲੱਗੂਗਾ। ਇਸ ਕਰਕੇ ਅਸੀਂ ਮੇਰੀ ਆਪਣਾ ਇਹੀ ਬੇਨਤੀ ਆ, ਆਪਾਂ ਉਹਨਾਂ ਲੋਕਾਂ ਨਾਲ ਆਸ ਨਾ ਰੱਖੀਏ, ਲੇਕਿਨ ਆਪਾਂ ਆਪਣੀ ਮੂਵਮੈਂਟ ਨੂੰ ਕੈਰੀ ਆਨ ਰੱਖੀਏ ਤਾਂ ਹੀ ਆਪਾਂ ਇਹਦੇ 'ਚ ਪ੍ਰਾਪਤੀ ਜਿੱਦਾਂ ਕਰ ਸਕਦੇ। ਬਿਲਕੁਲ ਸਹੀ ਹੈ ਜੀ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਵੀ ਇਹੀ ਕਹਿੰਦੇ ਸੀ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਅਹਿਸਾਸ ਹੋਣਾ ਚਾਹੀਦਾ ਵੀ ਅਸੀਂ ਗੁਲਾਮ ਹਾਂ, ਅਗਰ ਅਸੀਂ ਮੰਨਾਂਗੇ ਵੀ ਅਸੀਂ ਗੁਲਾਮ ਹਾਂ ਤਾਂ ਹੀ ਉਹਦੇ ਵਾਸਤੇ ਆਜ਼ਾਦੀ ਵਾਸਤੇ ਕੁਛ ਕਰ ਸਕਦੇ ਹਾਂ। ਅਤੇ ਆਓ ਆਪਾਂ ਸਭ ਤੋਂ ਪਹਿਲਾਂ ਇੱਕ ਫੁਟੇਜ ਦੇਖਦੇ ਹਾਂ, ਵੀਡੀਓ ਦੇਖਦੇ ਹਾਂ, ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਨੂੰ ਜਾਰੀ ਰੱਖਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।